ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਵਿੱਚ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕਰ ਦਿੱਤਾ ਗਿਆ ਹੈ ਤੁਸੀਂ ਇਹਦੇ ਲਈ ਕਿੱਦਾਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਅੱਜ ਦੇ ਇਸ ਵੀਡੀਓ 'ਚ ਤੁਹਾਨੂੰ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਇਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ Google 'ਚ ਜਾ ਕੇ ਤੁਸੀਂ ਟਾਈਪ ਕਰਨਾ ਹੋਵੇਗਾ ਜੋ ਕਿ meetacademy.xyz ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਤੇ ਉਥੋਂ ਤੁਸੀਂ ਸਾਰੇ ਹੀ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰਾਂ ਇਹਦੇ ਲਈ ਅਪਲਾਈ ਕਰਨਾ ਜਿਹੜਾ ਜੀ ਉਹ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਲਾਸਟ ਡੇਟ ਅਪਲਾਈ ਕਰਨ ਦੀ ਜਿਹੜੀ ਐਪਲੀਕੇਸ਼ਨ ਹੈ ਆਨਲਾਈਨ 25/9/2023 ਹੈ ਔਰ ਫੀਸ ਪਰੰਦੀ 27/9/2023 ਰਹੇਗੀ ਇਹ ਨੋਟੀਫਿਕੇਸ਼ਨ ਦੇ ਲਈ ਸਿਰਫ ਔਰ ਸਿਰਫ ਆਨਲਾਈਨ ਹੀ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਗਈਆਂ ਨੇ ਕੋਈ ਵੀ ਅਦਰ ਮੋਡ ਜਿਹੜਾ ਹੈ ਉਹ ਨਹੀਂ ਹੈ ਜੀ ਸਭ ਤੋਂ ਪਹਿਲਾ ਡਿਪਾਰਟਮੈਂਟ ਜਿਹੜਾ ਹੈਗਾ ਜੀ ਉਹ ਹੈਗਾ ਇੱਥੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਵੈਕੈਂਸੀਜ਼ ਦੇ ਲਈ ਕਾਨੂੰਨੀ ਤੇ ਵਿਧਾਇਕ ਕਾਰਜਵਿਹਾਰ ਪੰਜਾਬ ਦੇ ਲਈ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਸੀਨੀਅਰ ਸਕੇਲ ਸਟੈਨ ਬਾਈਫਰਕੇਸ਼ਨ ਜਿਹੜੀ ਕੈਟਾਗਰੀ ਵਾਈਜ਼ ਆ ਉਹ ਤੁਸੀਂ ਦੇਖ ਸਕਦੇ ਹੋ ਜੀ ਟੋਟਲ ਦੋ ਪੋਸਟ ਆਊਟ ਹੋਈਆਂ ਨੇ ਦੋ ਜਿਹੜੀਆਂ ਨੇ ਔਮਨ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਸੋਰੀ ਟੋਟਲ ਚਾਰ ਨੇ ਔਰ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਇੱਥੇ ਜਿਹੜਾ ਵਿਭਾਗ ਹੈਗਾ ਜੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਵੈਕੈਂਸੀ ਜਿਹੜੀ ਹੈ ਉਹ ਆਊਟ ਕੀਤੀ ਗਈ ਹੈ ਤੇ ਨਾਲ ਦੀ ਨਾਲ ਸਟੈਨੋ ਟਾਈਪਿਸ ਦੀ ਵੈਕੈਂਸੀ ਵੀ ਹੈਗੀ ਹੈ ਜਿਹੜੀ ਕਿ ਆਊਟ ਹੋਈ ਹੈ ਸੇਮ ਡਿਪਾਰਟਮੈਂਟ ਦੇ ਵਿੱਚ ਪਸ਼ੂ ਪਾਲਣ ਦੇ ਵਿੱਚ ਇਸ ਦੇ ਵਿੱਚ ਚਾਰ ਵੈਕੈਂਸੀਸ ਨੇ ਜਿਹਦੇ ਵਿੱਚੋਂ ਦੋ ਜਿਹੜੀਆਂ ਨੇ ਰਿਜ਼ਰਵ ਰੱਖੀਆਂ ਗਈਆਂ ਹਨ ਔਮਨ ਦੇ ਲਈ ਉਸ ਤੋਂ ਬਾਅਦ ਨੈਕਸਟ ਡੇਟਾ ਡਿਪਾਰਟਮੈਂਟ ਹੈ ਪ੍ਰਧਾਨ ਮੁਖ ਵਣਪਾਲ ਪੰਜਾਬ ਦੇ ਲਈ ਹੈ ਠੀਕ ਹੈ ਜੀ ਇਸ ਦੇ ਵਿੱਚ ਨੌ ਵੈਕੈਂਸੀਸ ਟੋਟਲ ਆਊਟ ਹੋਈਆਂ ਨੇ ਜਿੱਚੋਂ ਤਿੰਨ ਰਿਜ਼ਰਵ ਰੱਖੀਆਂ ਗਈਆਂ ਨੇ ਉਹ ਹੈਗੀਆਂ ਨੇ ਤੁਹਾਡੇ ਔਮਨ ਦੇ ਲਈ ਔਰ ਇਹ ਜਿਹੜੀਆਂ ਨੇ ਵੈਕੈਂ ਫਿਰ ਨੈਕਸਟ ਜਿਹੜਾ ਡਿਪਾਰਟਮੈਂਟ ਹੈ ਉਹ ਹੈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮਤਲਬ ਡੀਸੀ ਆਫਿਸ ਦੇ ਵਿੱਚ ਹੈ ਜਿਸ ਦੇ ਵਿੱਚ ਸਟੈਨੋਟਾਈਪਿਸ ਦੀਆਂ ਵੈਕੈਂਸੀਸ ਆਊਟ ਹੋਈਆਂ ਨੇ ਜਿਸ ਦੇ ਵਿੱਚ ਤਿੰਨ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਆਉਂਦਾ ਹੈ ਜੀ ਇਸ ਦੇ ਵਿੱਚ ਮਾਲ ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਜਿਹੜਾ ਹੈ ਤੁਸੀਂ ਜਿਹਦੇ ਵਿੱਚ ਬਹੁਤ ਘੱਟ ਵੈਕੈਂਸੀਸ ਦੇਖਦੇ ਹੋ ਇਸ ਦੇ ਵਿੱਚ ਵੀ ਸਟੈਨੋਟਾਈਪਿਸ ਦੀਆਂ ਪੰਜ ਵੈਕੈਂਸੀਸ ਨੇ ਇੱਕ ਵੂਮਨ ਦੇ ਲਈ ਰੱਖੀਆਂ ਗਈਆਂ ਨੇ ਉਸ ਤੋਂ ਬਾਅਦ ਆਮ ਰਾਜ ਪ੍ਰਬੰਧਕ ਵਿਭਾਗ ਦੇ ਵਿੱਚ ਟੋਟਲ ਜਿਹੜੀਆਂ ਵੈਕੈਂਸੀਸ ਨੇ ਉਹ ਇੱਥੇ 41 ਪੋਸਟ ਅਡਿਟ ਵਿੰਗ ਦੇ ਵਿੱਚ ਵੀ ਸਟੈਨੋਟਾਈਪਿਸ ਦੀਆਂ ਵੈਕੈਂਸੀਸ ਨੇ ਜਿਸ ਦੇ ਵਿੱਚ ਤਿੰਨ ਵੈਕੈਂਸੀਸ ਜਿਹੜੀਆਂ ਨੇ ਉਹ ਹੈਗੀਆਂ ਨੇ ਮੇਲ ਕੈਂਡੀਡੇਟ ਦੇ ਲਈ ਫਿਰ ਡਾਇਰੈਕਟਡ ਡੇਰੀ ਵਿਪਾਸ ਵਿਭਾਗ ਪੰਜਾਬ ਦੇ ਵਿੱਚ ਵੀ ਵੈਕੈਂਸੀਸ ਨੇ ਸਟੈਨੋਟਾਈਪਿਸ ਦੀਆਂ ਦੋ ਉਹਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਇਸ ਦੇ ਵਿੱਚ ਹੁਣ ਤੁਸੀਂ ਜਿੰਨਾ ਪੋਸਟ ਵਾਲੀ ਅਪਲਾਈ ਕਰਨਾ ਚਾਹੁੰਦੇ ਉਹਨਾਂ ਦੇ ਕੈਟਾਗਰੀ ਕੋਸ ਕੋਡ ਲਿਖੇ ਹੋਏ ਨੇ ਕੈਟਾਗਰੀ ਵਾਈਜ਼ ਤੁਸੀਂ ਆਪਣੇ ਚੈੱਕ ਕਰ ਲਿਓ ਇਸ ਦੇ ਵਿੱਚ ਵੈਕੈਂਸੀਜ਼ ਦੇ ਲਈ ਪੇ ਸਕੇਲ ਦੀ ਗੱਲ ਕਰਾਂ ਤਾਂ ਸੀਨੀਅਰ ਸਟੈਨੋਗ੍ਰਾਫਰ ਦੇ ਲਈ 3540 ਜੂਨੀਅਰ ਸਟੈਨੋਗ੍ਰਾਫਰ ਦੇ ਲਈ 29200 ਤੇ ਸਟੈਨੋ ਟਾਈਪਿਸਟ ਦੇ ਲਈ 2921700 ਜਿਹੜੀ ਹੈ ਉਹ ਤੁਹਾਡੀ ਰਹਿਣ ਵਾਲੀ ਹੈ ਜੀ ਜਿਨ੍ਹਾਂ ਨੇ ਬੈਚਲਰ ਡਿਗਰੀ ਕੀਤੀ ਹੋਈ ਰੈਲੇਵੈਂਟ ਕਿਸੇ ਵੀ ਡਿਸਪਲਨ ਦੇ ਵਿੱਚ ਉਹ ਅਪਲਾਈ ਕਰ ਸਕਦੇ ਨੇ 120 ਘੰਟੇ ਦਾ ਕੋਰਸ ਜਿਹੜਾ ਤੁਹਾਡਾ ਹੋਣਾ ਜ਼ਰੂਰੀ ਹੋਵੇਗਾ ਜੋ ਕਿ ਕੰਪਿਊਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਨ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨ অর ਡੈਸਕਟਾਪ ਪਬਲ ਤੁਸੀਂ ਕੀਤੀ ਹੋਣੀ ਚਾਹੀਦੀ ਜਾਂ ਫਿਰ O level ਸਰਟੀਫਿਕੇਟ ਤੁਹਾਡੇ ਕੋਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਦੇ ਵਿੱਚ ਹੈਗਾ ਤਾਂ ਅਪਲਾਈ ਕਰ ਸਕਦੇ ਹੋ ਹੁਣ ਇਹਦੇ ਵਿੱਚ ਕੈਂਡੀਡੇਟ ਬੜੇ ਕਮੈਂਟ ਕਰਦੇ ਨੇ ਕਿ ਡਿਪਲੋਮਾ ਕੀਤਾ ਸਰ ਕੰਪਿਊਟਰ ਸਾਇੰਸ ਦਾ ਕੀ ਅਸੀਂ ਅਪਲਾਈ ਕਰ ਸਕਦੇ ਹਾਂ ਸੋ ਇਹਦੇ ਵਿੱਚ ਉਹਨਾਂ ਨੇ ਡਿਗਰੀ ਮੰਗੀ ਹੈ ਜੀ ਤੁਹਾਡੇ ਕੋਲ ਤੁਹਾਡੇ ਕੋਲ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਹੋ ਤੇ ਨਾਲ ਤੁਹਾਡਾ ਕੋਰਸ ਮੰਗਿਆ ਹੈ ਤੁਹਾਡਾ ਡਿਪਲੋਮਾ ਨਹੀਂ ਮੰਗਿਆ ਸੋ O level ਤੁਹਾਡੇ ਕੋਲ ਸਰਟੀਫਿਕੇਟ ਹੈਗਾ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਡਿਪਲੋਮੇ ਵਾਲੇ ਨਹੀਂ ਹੈ ਠੀਕ ਹੈ ਜੀ ਉਸ ਤੋਂ ਬਾਅਦ ਨੈਕਸ ਜਗ ਦੇ ਨਾਲ ਇੱਕ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਠੀਕ ਹੈ ਜੀ ਔਰ ਪਲੱਸ ਇਸ ਦੇ ਵਿੱਚ 3 ਤੋਂ ਲੈ ਕੇ 10 ਸਾਲ ਦੀ ਇਹ ਰੈਲੈਕਸੇਸ਼ਨ ਅਲੱਗ-ਅਲੱਗ ਕੈਟਾਗਰੀ ਵਾਈਜ਼ ਹੈਗੀ ਹੈ ਉਹ ਵੀ ਪੰਜਾਬ ਦੇ ਕੈਂਡੀਡੇਟ ਨੂੰ ਅਦਰ ਜਿਹੜੇ ਕੈਂਡੀਡੇਟ ਅਗਰ ਸਟੇਟ ਦੇ ਅਪਲਾਈ ਕਰਦੇ ਨੇ ਉਹਨਾਂ ਨੂੰ ਜਨਰਲ ਕੈਟਾਗਰੀ 'ਚ ਜਿਹੜਾ ਇਹ ਕਨਸੀਡਰ ਕੀਤਾ ਜਾਵੇਗਾ ਹੁਣ ਗੱਲ ਕਰਦੇ ਹਾਂ ਜਿਹੜੇ ਕੈਂਡੀਡੇਟ ਆਲਰੇਡੀ ਕੰਮ ਕਰ ਰਹੇ ਨੇ ਵਰਕ ਕਰ ਰਹੇ ਨੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਮਤਲਬ ਲੈਸਟ ਪੋਸ ਕੋਈ ਸੈਂਟਰ ਗਵਰਨਮੈਂਟ ਦੀ ਜੇ ਸਟੇਟ ਗਵਰਨਮੈਂਟ ਦੀ ਹੈਗੀ ਹੈ ਤਾਂ ਉਹ ਵੀ ਅਪਲਾਈ ਕਰ ਸਕਦੇ ਨੇ ਪਰ ਉਹਨਾਂ ਕੋਲ ਐਨ cbc ਅਤੇ ews ਕੈਂਡੀਡੇਟ ਕੋ 250 ਸਾਫ ਦਾ ਫੌਜੀ ਐਕਸਰਸਿਸ ਨੇ ਸੈਲਫ ਡਿਪੈਂਡੈਂਟ ਕੋ 200 ਤੇ ਹੈਂਡੀਕੈਪ ਦਿਵੰਗ ਕੈਂਡੀਡੇਟ ਜਿਹੜੇ ਹੋਣਗੇ ਉਹਨਾਂ ਨੂੰ 500 ਰੁਪਏ ਐਪਲੀਕੇਸ਼ਨ ਫੀ 온라인 ਪੇ ਕਰਨੀ ਹੋਵੇਗੀ ਹੁਣ ਗੱਲ ਕਰਦੇ ਹਾਂ ਚੋਣ ਸਿਲੈਕਸ਼ਨ ਦੀ ਇਸ ਦੇ ਵਿੱਚ ਜਿਹੜਾ ਤੁਹਾਡਾ ਡਿਕਟੇਸ਼ਨ ਟੈਸਟ ਹੋਏਗਾ ਜਿਹੜਾ ਕਿ ਸੀਨੀਅਰ ਸਕੇ ਸਟੈਨੋਗ੍ਰਾਫਰ ਦਾ 100 ਸ਼ਬਦ ਦਾ ਹੋਏਗਾ ਜਿਸ ਚ ਸਪੀਡ ਤੁਹਾਡੀ 500 ਸ਼ਬਦ ਲीडीਆ ਹੋਣੀ ਚਾਹੀਦੀ ਹੈ ਤੇ 250 250 ਸ਼ਬਦ ਦਾ ਪੈਰਾ ਹੋਵੇਗਾ ਠੀਕ ਹੈ ਜੀ ਉਹ ਤੁਹਾਡਾ ਇਹਨੂੰ ਤੁਹਾਨੂੰ ਪਾਸ ਕਰਨਾ ਪਵੇਗਾ ਜੂਨੀਅਰ ਸਕੇ ਸਟੈਨੋਗ੍ਰਾਫਰ ਦੇ ਲਈ ਵੀ ਕਰਾਂ ਤਾਂ ਇਸ ਦੇ ਵਿੱਚ ਸਟੈਨੋਗ੍ਰਾਫੀ ਡਿਕਟੇਸ਼ਨ ਟੈਸਟ ਤੁਹਾਡਾ 80 ਸ਼ਬਦ ਪ੍ਰਤੀ ਮਿੰਟ ਸਪੀਡ ਤੇ ਲਿਆ ਜਾਵੇਗਾ ਜੋ ਟੈਸਟ ਚ 400 ਸ਼ਬਦ 200 200 ਸ਼ਬਦ ਦੇ ਦੋ ਪੈਰੇ ਹੋਣਗੇ ਠੀਕ ਹੈ ਜੀ 15 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਜਿਹੜੀ ਇਹ ਟਰਾਂਸਕ੍ਰਾਈਬ ਕਰਨਾ ਹੋਵੇਗਾ ਤੇ 8 ਪਰਤੀਸ਼ਤ ਗਲਤੀ ਬਾਅਦ ਮਤਲਬ 92% ਕਰੈਕਸ਼ਨ ਹੋਣੀ ਜ਼ਰੂਰੀ ਹੋਊਗੀ ਸੋ ਉਸ ਚੀਜ਼ ਦੀ ਤਿਆਰੀ ਕਰਕੇ ਹੀ ਤੁਸੀਂ ਇਹਦੇ ਲਈ ਅਪਲਾਈ ਕਰਿਓ ਜੀ ਜਿਹੜੇ ਕੈਂਡੀਡੇਟ ਕਾਫੀ ਟਾਈਮ ਦੇ ਵੇਟ ਕਰ ਰਹੇ ਆ ਬਹੁਤ ਕਮੈਂਟਸ ਆ ਰਹੇ ਸੀਗੇ ਸਰ ਸਟੈਨੋ ਟਾਈਪਿਸਟ ਸਟੈਨੋਗ੍ਰਾਫਰ ਦੀ ਵੈਕੈਂਸੀਜ਼ ਬਾਰੇ ਦੱਸ ਦੂ ਸੋ ਵੇਹੀ ਵੈਕੈਂਸੀਜ਼ ਆਊਟ ਹੋ ਗਈਆਂ ਨੇ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ ਬਾਕੀ ਲਿੰਕ ਡਿਸਕ੍ਰਿਪਸ਼ਨ ਨੇ ਪੋਸਟ ਦਾ ਜਲਦੀ ਨਾਲ ਚੈੱਕ ਕਰ ਲਿਓ ਤੇ ਆਨਲਾਈਨ ਅਪਲਾਈ ਕਰਨ ਲਈ ਪੀਟਪੀਐਸਬੀ ਦੀ ਵੈਬਸਾਈਟ ਤੇ ਚਲ ਜਾਓ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਇਨ ਡਾਇਰੈਕਟ ਦੇ ਦੇਵਾਂਗਾ 7 ਆ ਕਰਕੇ ਅਪਲਾਈ ਕਰ ਲਿਓ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਤੇ ਲਿੰਕ ਸਾਰੇ ਡਿਸਕ੍ਰਿਪਸ਼ਨ ਚ ਨੇ meetacademy.xyz ਤੇ ਜਾ ਕੇ ਚੈੱਕ ਜ਼ਰੂਰ ਕਰ ਲਿਓ ਜੀ ਸੋ ਅੱਜ ਦਾ ਜੀਕੇ ਦਾ ਕੁਐਸਚਨ ਜਿਹੜਾ ਹੈ ਜੀ ਕਰੰਟਲੀ ਪੰਜਾਬ ਦਾ ਮਤਲਬ ਪੰਜਾਬ ਸਟੇਟ ਦਾ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਵਿੱਤ ਮੰਤਰੀ ਜਿਹੜਾ ਹੈ ਉਹ ਕੌਣ ਨੇ ਮਤਲਬ ਫਾਈਨੈਂਸ ਮਿਨਿਸਟਰ ਜਿਹੜੇ ਨੇ ਉਹ ਕੌਣ ਨੇ ਉਹਨਾਂ ਦਾ ਨਾਮ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਲਿਖਣਾ ਹੈ ਜੀ ਸੋ ਇਹ ਜੀਕੇ ਦਾ ਕੁਐਸਚਨ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਸੋ ਜ਼ਰੂਰ ਲਿਖਿਓ ਜੀ ਕਮੈਂਟ ਬਾਕਸ ਦੇ ਵਿੱਚ ਮੈਂ ਜਿਹੜਾ ਕਰੈਕਟ ਆਨਸਰ ਹੋਏਗਾ ਉਹਨੂੰ ਹਾਈਲਾਈਟ ਕਰ ਦਵਾਂਗਾ ਕਮੈਂਟ ਬਾਕਸ ਦੇ ਵਿੱਚ ਹੀ ਔਰ ਕਰੈਕਟ ਆਨਸਰ ਵੀ ਤੁਹਾਨੂੰ ਲਿਖਾਂਗਾ ਸੋ ਤੁਸੀਂ ਜ਼ਰੂਰ ਲਿਖਣਾ ਹੈ ਕਿ கரੈਕਟ ਆਨਸਰ ਕੀ ਹੈ ਪੂਰਾ ਨਾਮ ਲਿਖਣਾ ਉਹਨਾਂ ਦਾ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਦੇ ਕਰੰਟ 2023 ਦੇ ਵਿੱਚ ਠੀਕ ਹੈ ਜੀ ਸੋ ਜਲਦੀ ਨਾਲ ਜਾ ਕੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਹੁਣ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ